ਦੁਨੀਆ ਪਰਚ ਬੈਠੇ ਭਾਰਤੀਓ ਖਾਸ ਤੌਰ ਤੇ ਕਿਸਾਨੋ ਤੇ ਸ਼ਹਿਰੀਓ ਅੱਜ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਦਿਨ ਤੇ ਤੁਹਾਨੂੰ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਲੱਖ ਲੱਖ ਵਧਾਈ ਦਿੰਦਾ ਅੱਜ ਇਹ ਵੀ ਇੱਕ ਤਸੱਲੀ ਤੇ ਖੁਸ਼ੀ ਵਾਲੀ ਗੱਲ ਹੈ ਵੀ ਜਿਹੜੇ ਤਿੰਨ ਕਾਲੇ ਕਾਨੂੰਨ ਕੇਂਦਰ ਸਰਕਾਰ ਨੇ ਬਣਾਏ ਸੀ ਅੱਜ ਪ੍ਰਧਾਨ ਮੰਤਰੀ ਨੇ ਖੁਦ ਮੰਨਿਆ ਵੀ ਉਹ ਸਾਡੇ ਕੋਲੋਂ ਗਲਤ ਕੰਮ ਹੋਇਆ ਔਰ ਉਹ ਕਾਨੂੰਨ ਵਾਪਸ ਲੈ ਜਾਣਗੇ ਸਾਰੇ ਖੁਸ਼ੀ ਦੀ ਲਹਿਰ ਹੈ ਖੁਸ਼ੀ ਹੋਣੀ ਵੀ ਚਾਹੀਦੀ ਹੈ ਤੁਸੀਂ ਜਿਸ ਤਰ੍ਹਾਂ ਕਾਰਨਾ ਕਾਲੀ ਜਿਸ ਤਰ੍ਹਾਂ ਸਾਰੀ ਦੁਨੀਆ ਚ ਬੈਠੇ ਲੋਕਾਂ ਨੇ ਇਸ ਮੋਰਚੇ ਨੂੰ ਸਪੋਰਟ ਕੀਤਾ ਜਿਸ ਤਰ੍ਹਾਂ ਇਸ ਦੇਸ਼ ਵਿੱਚ ਬੈਠੇ ਸਾਰੇ ਲੋਕਾਂ ਨੇ ਇਹਨੂੰ ਹੰਗਾਰਾ ਦਿੱਤਾ ਉਹਦਾ ਨਤੀਜਾ ਵੀ ਅੱਜ ਸਰਕਾਰ ਨੂੰ ਆਪਣੀ ਗਲਤੀ ਮੰਨਣੀ ਪਈ ਹੈ ਤੇ ਫੇਰ ਵੀ ਉਹਦੇ ਲਈ ਜੋ ਵੀ ਗਲਤੀ ਦੇਰ ਆਇਦ ਦੁਰਸਤ ਆਇਦ ਪ੍ਰਧਾਨ ਮੰਤਰੀ ਨੇ ਜੋ ਐਲਾਨ ਕੀਤਾ ਹੈ ਉਹਦੇ ਲਈ ਉਹਨਾਂ ਦਾ ਧੰਨਵਾਦ ਵੀ ਕਰਨਾ ਬਣਦਾ ਮੈਂ ਧੰਨਵਾਦ ਕਰਦਾ ਪਰ ਹਾਲੇ ਸਾਡੀ ਤਸੱਲੀ ਨਹੀਂ ਹਾਲਾਂ ਤੱਕ ਐਮਐਸਪੀ ਦੇ ਉੱਤੇ ਪ੍ਰਧਾਨ ਮੰਤਰੀ ਨੇ ਮੂੰਹ ਨਹੀਂ ਖੋਲਿਆ ਉਹਦਾ ਕਾਨੂੰਨ ਕਿਵੇਂ ਬਣਾਉਣਾ ਹੈ ਔਰ ਜਿੰਨੀ ਦੇਰ ਤੱਕ ਪਾਰਲੀਮੈਂਟ ਵਿੱਚ ਇਹ ਪਾਸ ਨਹੀਂ ਹੋ ਜਾਂਦਾ ਉਹਨਾਂ ਨੇ ਕਿਹਾ ਅਸੀਂ ਪਾਰਲੀਮੈਂਟ ਵਿੱਚ ਪਾਸ ਕਰਾਂਗੇ ਕਰ ਦੇਣ ਪਾਸ ਅਸੀਂ ਧੰਵਾਦੀ ਹੋਵਾਂਗੇ ਔਰ ਅਸੀਂ ਫਿਰ ਪਾਸ ਹੋਣ ਤੋਂ ਬਾਅਦ ਹੀ ਉੱਟਾਂਗੇ ਪਰ ਨਾਲ ਹੀ ਉਹਦੇ ਜਿਹੜੀ ਮੇਨ ਮੰਗ ਹੈ ਜਿਹੜੀ ਕਿਉਂਕਿ ਪੰਜਾਬ ਔਰ ਹਰਿਆਣਾ ਦੀ ਐਮਐਸਪੀ ਦੀ ਪ੍ਰੋਬਲਮ ਨਹੀਂ ਦੇਸ਼ ਦੇ ਬਾਕੀ ਸੂਬਿਆਂ ਦੇ ਵਿੱਚ ਜਿੰਨੇ ਵੀ ਕਿਸਾਨ ਨੇ ਉਹਨਾਂ ਦਾ ਬਹੁਤ ਵੱਡੀ ਪੱਧਰ ਤੇ ਸ਼ੋਸ਼ਣ ਹੁੰਦਾ ਹੈ ਜਿੰਨੀ ਦੇਰ ਤੱਕ ਐਮਐਸਪੀ ਦਾ ਕਾਨੂੰਨ ਨਹੀਂ ਬਣਦਾ ਉਹਨਾਂ ਨੂੰ ਰਾਹਤ ਨਹੀਂ ਮਿਲਨੀ ਇਸ ਕਰਕੇ ਐਮਐਸਪੀ ਦੇ ਕਾਨੂੰਨ ਬਾਰੇ ਹਲੇ ਗੱਲ ਬਾਕੀ ਹੈ ਇਸ ਨੂੰ ਠੀਕ ਹੈ ਖੁਸ਼ੀ ਮਨਾਉਣੀ ਬਣਦੀ ਹੈ ਪਰ ਜਿੰਨੀ ਦੇਰ ਤੱਕ ਐਮਐਸਪੀ ਦਾ ਕਾਨੂੰਨ ਨਹੀਂ ਬਣਦਾ ਔਰ ਇਹ ਸਾਰੇ ਜਿਹੜੇ ਐਲਾਨ ਕੀਤੇ ਗਏ ਨੇ ਇਹ ਤਿੰਨੇ ਕਾਨੂੰਨ ਵਾਪਸ ਲੈਣ ਦੇ ਇਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਪਾਸ ਨਹੀਂ ਕੀਤਾ ਜਾਂਦਾ ਉਦੋਂ ਤੱਕ ਸਾਡਾ ਮੋਰਚਾ ਜਾਰੀ ਰਹੇਗਾ ਅਸੀਂ ਉਦੋਂ ਹੀ ਉੱਠ ਕੇ ਜਾਵਾਂਗੇ ਜਦੋਂ ਪਾਰਲੀਮੈਂਟ ਦੇ ਸੈਸ਼ਨ 'ਚ ਸਾਰਾ ਕੁਝ ਸਾਰੀਆਂ ਮੰਗਾਂ ਪ੍ਰਵਾਨ ਕਰਨ ਦਾ ਐਲਾਨ ਨਹੀਂ ਹੋ ਜਾਂਦਾ ਤੇ ਮੈਂ ਫੇਰ ਇੱਕ ਵਾਰੀ ਤੁਹਾਨੂੰ ਗੁਰਪੁਰਪ ਦੀ ਲੱਖ ਲੱਖ ਵਧਾਈ ਔਰ ਤੁਹਾਡੀ ਗੱਲ ਨੂੰ ਠੀਕ ਮੰਨਣ ਵਾਸਤੇ ਪ੍ਰਧਾਨ ਮੰਤਰੀ ਦਾ ਇਹ ਐਲਾਨ ਕਿ ਉਹ ਇਹ ਕਾਨੂੰਨ ਵਾਪਸ ਲੈਣਗੇ ਉਹਦੇ ਲਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਤੁਹਾਨੂੰ ਸਾਰਿਆਂ ਨੂੰ ਉਹਦੀ ਵੀ ਵਧਾਈ